Welcome my dear students, ਅੱਜ ਆਪਾਂ ਐਕਸਰਸਾਈਜ਼ 3.6 ਦਾ ਥਰਡ ਕੁਐਸਚਨ ਕਰਨ ਜਾ ਰਹੇ ਹਾਂ। ਦੇਖੋ ਜੀ, ਥਰਡ ਕੁਐਸਚਨ ਹੈ ਫਸਟ ਦਾ 4x ਪਲੱਸ 3y ਇਜ ਇਕੁਅਲ ਟੂ 14। ਠੀਕ ਹੈ ਜੀ, 3x ਮਾਈਨਸ 4y ਇਜ ਇਕੁਅਲ ਟੂ 23। ਆਪਾਂ ਬੇਟਾ ਜੀ, ਪਹਿਲਾਂ ਐਕਸ ਆ ਉਹ ਬਟਿਆਂ 'ਚ ਨਹੀਂ ਹੋਣਾ ਚਾਹੀਦਾ, ਵਾਈ ਆਪਣੇ ਬਟਿਆਂ 'ਚ ਨਹੀਂ ਹੈਗੀ, ਇਹਨੂੰ ਪੁੱਟ ਕਰੋ, 6 ਨਾ ਕਰੋ, ਐਕਸ ਨੂੰ ਪੁੱਟ ਕਰ ਲਓ, ਮਤਲਬ 1x ਬਣ ਗਿਆ। ਆ ਵੀ ਆਪਣੇ ਕੋਲ 1x ਬਣ ਗਿਆ। ਠੀਕ ਹੈ ਜੀ, ਆਪਾਂ ਮੰਨ ਲਾਂਗੇ ਲੈਟ 1x ਇਜ ਇਕੁਅਲ ਟੂ ਏ, ਵਾਈ ਇਜ ਇਕੁਅਲ ਟੂ ਬੀ। ਇਹ ਤੁਸੀਂ ਪੁੱਟ ਕਰ ਵੀ ਸਕਦੇ ਹੋ, ਨਹੀਂ ਵੀ ਪੁੱਟ ਕਰ ਸਕਦੇ। ਚਲੋ ਆ ਦੇਖੋ, ਇਹ ਬਣ ਗਿਆ 4a, 1x ਮਤਲਬ ਇਹ 4a ਪਲੱਸ 3b ਇਜ ਇਕੁਅਲ ਟੂ 14। ਫਸਟ ਇਕੁਏਸ਼ਨ ਆਹ ਬਣ ਗਈ। ਇੱਧਰ ਬਣ ਗਿਆ ਆਪਣੇ ਕੋਲ 3a ਮਾਈਨਸ 4b ਇਜ ਇਕੁਅਲ ਟੂ 23। ਸੈਕਿੰਡ ਇਕੁਏਸ਼ਨ ਆਪਣੇ ਕੋਲ ਆਹ ਬਣ ਗਈ। ਤੁਸੀਂ ਜਿਹੜੇ ਮਰਜ਼ੀ ਵੀ ਇਹਦੇ ਨਾਲ ਸੋਲਵ ਕਰ ਸਕਦੇ ਹੋ, ਮੈਂ ਇਲੀਮੀਨੇਸ਼ਨ ਮੈਥ ਨਾਲ ਸੋਲਵ ਕਰ ਰਹੀ ਹਾਂ। 3a ਮਾਈਨਸ 4b ਇਜ ਇਕੁਅਲ ਟੂ 23। ਠੀਕ ਹੈ ਜੀ, ਤੁਸੀਂ ਕ੍ਰੋਸ ਮਲਟੀਪਲੀਕੇਸ਼ਨ ਵੀ ਯੂਜ਼ ਕਰ ਸਕਦੇ ਹੋ, ਇਲੀਮੀਨੇਸ਼ਨ ਵੀ ਯੂਜ਼ ਕਰ ਸਕਦੇ ਹੋ, ਸਬਸਟੀਟਿਊਸ਼ਨ ਵੀ ਯੂਜ਼ ਕਰ ਸਕਦੇ ਹੋ। ਚਲੋ ਮੈਂ ਇਹਦੇ ਸਾਹਮਣੇ ਇੱਕ ਹੋਰ ਪ੍ਰੈਕਟਿਸ ਕਰਵਾ ਦਿੰਦੀ ਹਾਂ। ਕ੍ਰੋਸ ਦੇਖੋ ਬੇਟਾ, ਆਪਾਂ ਮੈਂ ਇਹਦੇ ਵਿੱਚ ਇਲੀਮੀਨੇਸ਼ਨ ਮੈਥਡ ਯੂਜ਼ ਕਰ ਰਹੀ ਹਾਂ। ਏ ਦੇ ਕੋਫੀਸ਼ੀਐਂਟ ਦਾ ਕਿੰਨਾ ਸੀ ਆਪਣੇ ਕੋਲ 3, ਉੱਪਰੀ ਰਕਮ ਨੂੰ 3 ਨਾਲ ਮਲਟੀਪਲਾਈ ਕੀਤਾ, ਉੱਪਰੀ ਰਕਮ ਦਾ ਕੋਫੀਸ਼ੀਐਂਟ ਕਿੰਨਾ 4, ਅਤੇ ਹੇਠੀ ਰਕਮ ਆਪਾਂ ਨੇ 4 ਨਾਲ ਮਲਟੀਪਲਾਈ ਕੀਤਾ। ਤੁਸੀਂ 23-12 ਕ੍ਰੋਸ ਮਲਟੀਪਲੀਕੇਸ਼ਨ ਮੈਥਡ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਦੇਖੋ 3 ਨੂੰ ਇਕੱਲੀ ਇਕੱਲੀ ਰਕਮ ਨਾਲ ਮਲਟੀਪਲਾਈ ਕਰਾਂਗੇ, 12a ਪਲੱਸ 9b, 14 ਨੂੰ 3 ਨਾਲ ਕੀਤਾ, ਕਿੰਨਾ ਆ ਗਿਆ ਆਪਣੇ ਕੋਲ 42। ਇਹਦੇ 4 ਨੂੰ ਇਕੱਲੀ ਇਕੱਲੀ ਰਕਮ ਨਾਲ ਮਲਟੀਪਲਾਈ ਕਰਾਂਗੇ, ਇਹ ਬਣ ਗਿਆ 12a ਮਾਈਨਸ 16b ਇਜ ਇਕੁਅਲ ਟੂ 23 ਨੂੰ 4 ਨਾਲ ਮਲਟੀਪਲਾਈ ਕਰੋ, ਕਿੰਨਾ ਆ ਗਿਆ ਆਪਣੇ ਕੋਲ 92। ਫਿਰ ਆਪਾਂ ਕੀ ਕਰਦੇ ਸੀਗੇ, ਸਬਟਰੈਕਟਿੰਗ। ਠੀਕ ਹੈ ਜੀ, ਘਟਾ ਕੇ ਸਬਟਰੈਕਟਿੰਗ, ਇੱਥੇ ਮਾਈਨਸ ਸਾਈਨ ਆ ਜਾਓ, ਇੱਥੇ ਪਲੱਸ ਆ ਜਾਓ, ਇੱਥੇ ਮਾਈਨਸ ਆ ਜਾਓ, ਆਹ ਕੈਂਸਲ ਆਊਟ ਹੋ ਗਿਆ। 16 ਅਤੇ 9 ਕਿੰਨੇ ਬਣ ਗਏ 25, ਵੀ 92 ਵਿੱਚ 42 ਗਏ, ਕਿੰਨਾ ਆ ਗਿਆ ਆਪਣੇ ਕੋਲ ਮਾਈਨਸ ਦੇ 50। ਬੀ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, ਮਾਈਨਸ 50/25। ਠੀਕ ਹੈ ਜੀ, ਬੀ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, ਮਾਈਨਸ ਦੇ 2। ਠੀਕ ਹੈ, ਹੁਣ ਦੇਖੋ ਬੀ ਦੀ ਵੈਲਿਊ ਤੁਸੀਂ 1 ਦੇ ਵਿੱਚ ਪੁੱਟ ਕਰ ਦਿਓ, ਪੁੱਟ ਇਨ 1। ਜਦੋਂ 1 'ਚ ਪੁੱਟ ਕਰਾਂਗੇ ਤਾਂ ਇਹ ਬਣ ਗਿਆ 4a ਪਲੱਸ 3b ਇਜ ਇਕੁਅਲ ਟੂ 14। ਠੀਕ ਹੈ, ਇਹ ਬਣ ਗਿਆ 4a ਮਾਈਨਸ 6 ਇਜ ਇਕੁਅਲ ਟੂ 14। 4a ਕਿੰਨਾ ਬਣ ਗਿਆ ਆਪਣੇ ਕੋਲ, 14 ਮਾਈਨਸ 6, ਇੱਧਰ ਆ ਕੇ ਪਲੱਸ ਦੇ 6 ਬਣ ਗਏ, ਕਿੰਨੇ ਬਣ ਗਿਆ ਆਪਣੇ ਕੋਲ 20। ਤਾਂ ਇਹਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, 20/4। ਕਿੰਨੀ ਆ ਗਈ ਇਹਦੀ ਵੈਲਿਊ ਆਪਣੇ ਕੋਲ, 5। ਦੇਖੋ ਹੁਣ ਆਪਾਂ ਕੀ ਕਰਾਂਗੇ, ਏ ਦੀ ਵੈਲਿਊ, ਏ ਕਿਹਦੇ ਬਰਾਬਰ ਸੀਗਾ, 1x 'ਤੇ, 1x ਕਿੰਨਾ ਆ ਗਿਆ ਆਪਣੇ ਕੋਲ, 5। ਵਾਈ ਕਿੰਨਾ ਸੀਗਾ ਆਪਣੇ ਕੋਲ, ਬੀ, ਬੀ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, -2। ਠੀਕ ਹੈ, ਇਹਦਾ ਮਤਲਬ 5x ਜਦੋਂ ਕ੍ਰੋਸ ਕਰੋਗੇ ਇਜ਼ ਇਕੁਅਲ ਟੂ 1, ਐਕਸ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, 1/5। ਵਾਈ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, -2। ਠੀਕ ਹੈ ਜੀ, ਇੱਦੀ ਦੇਖੋ ਫੋਰਥ ਕੁਐਸਚਨ, ਫੋਰਥ ਕੁਐਸਚਨ ਦੇਖੋ, 5x ਮਾਈਨਸ 1 ਪਲੱਸ 1y ਮਾਈਨਸ 2 ਇਜ਼ ਇਕੁਅਲ ਟੂ 2। ਦੂਸਰੀ ਕੁਐਸਚਨ ਹੈਗੀ ਆਪਣੇ ਕੋਲ 6x ਮਾਈਨਸ 1 ਮਾਈਨਸ 3y ਮਾਈਨਸ 2 ਇਜ਼ ਇਕੁਅਲ ਟੂ 1। ਦੇਖੋ ਦੋ ਇਕੁਏਸ਼ਨਸ ਨੇ, ਇਹਨੂੰ ਸੋਲਵ ਕਰਨਾ ਆਪਾਂ, ਇਹਨੂੰ ਪੁੱਟ ਕਰ ਲਓ ਜੀ, 1x ਮਾਈਨਸ 1, 1y ਮਾਈਨਸ 2, ਦੋਨਾਂ ਦੇ ਵਿੱਚ ਦੇਖੋ ਸੇਮ ਰਕਮ ਆ, ਇਹਨੂੰ ਪੁੱਟ ਕਰ ਲਾਂਗੇ, ਪੁੱਟ ਕਰ ਲਓ, 1x ਮਾਈਨਸ 1 ਇਜ ਇਕੁਅਲ ਟੂ ਏ, 1y ਮਾਈਨਸ 2 ਇਜ ਇਕੁਅਲ ਟੂ ਬੀ। ਠੀਕ ਹੈ, ਇਹ ਬਣ ਗਈ 5a ਪਲੱਸ ਬੀ ਇਜ ਇਕੁਅਲ ਟੂ 2, ਇਹ ਫਸਟ ਇਕੁਏਸ਼ਨ ਬਣ ਗਈ। ਇਹ ਬਣ ਗਈ 6a ਮਾਈਨਸ 3b ਇਜ ਇਕੁਅਲ ਟੂ 1। ਠੀਕ ਹੈ ਜੀ, ਇਹ ਸੈਕਿੰਡ ਇਕੁਏਸ਼ਨ ਬਣ ਗਈ। ਇਹਨੂੰ ਤੁਸੀਂ ਜਿਹੜੇ ਮਰਜ਼ੀ ਮੈਥਡ ਦੇ ਨਾਲ ਸੋਲਵ ਕਰ ਸਕਦੇ ਹੋ। ਦੇਖੋ ਬੇਟਾ ਜੀ, ਮੈਂ ਇਹਨੂੰ ਕਰੂੰਗੀ ਇਲੀਮੀਨੇਸ਼ਨ ਮੈਥਡ ਦੇ ਨਾਲ, 5a ਪਲੱਸ ਬੀ ਇਜ ਇਕੁਅਲ ਟੂ 2, 6a ਮਾਈਨਸ 3b ਇਜ ਇਕੁਅਲ ਟੂ 1। ਤੁਸੀਂ ਬੀ ਦਾ ਕੋਐਫੀਸ਼ੀਐਂਟ ਵੀ ਬਰਾਬਰ ਕਰ ਸਕਦੇ ਹੋ, ਏ ਦਾ ਵੀ। ਚਲੋ ਮੈਂ ਤੁਹਾਨੂੰ ਬੀ ਦਾ ਕਰਕੇ ਦਿਖਾਉਂਦੀ ਹਾਂ। ਇਹਦਾ ਕੋਐਫੀਸ਼ੀਐਂਟ 3 ਸੀ, ਇਹਨੂੰ 3 ਨਾਲ ਮਲਟੀਪਲਾਈ ਕੀਤਾ, ਇਹਦਾ ਕੋਐਫੀਸ਼ੀਐਂਟ 1 ਹੈ, ਇਹਨੂੰ 1 ਨਾਲ ਮਲਟੀਪਲਾਈ ਕੀਤਾ, ਇਹ ਬਣ ਗਿਆ 15a ਪਲੱਸ 3b ਇਜ ਇਕੁਅਲ ਟੂ 6, ਇਹ ਬਣ ਗਿਆ 6a ਮਾਈਨਸ 3b ਇਜ ਇਕੁਅਲ ਟੂ 1। ਠੀਕ ਹੈ ਜੀ, ਇੱਥੇ ਹੁਣ ਆਪਾਂ ਨੂੰ ਸਿੱਧੀ ਐਡਿੰਗ ਕਰ ਦਿਓ, ਕਿਉਂਕਿ ਸਾਈਨ ਪਹਿਲਾਂ ਹੀ ਚੇਂਜ ਨੇ, ਆਪਾਂ ਕਰਾਂਗੇ ਐਡਿੰਗ, ਆਹ ਕੈਂਸਲ ਆਊਟ ਹੋ ਗਿਆ, 15 ਅਤੇ 6 ਕਿੰਨੇ ਬਣ ਗਏ ਜੀ ਆਪਣੇ ਕੋਲ, 21a
6 ते 1 किन्ने बन गया अपने को 7, एदा मतलब a दी वैल्यू आ गई अपने को 7/21। ठीक है, a दी वैल्यू किन्नी आ गई जी अपने को 1/3। हुन तुसी b दी वैल्यू च पुट करके कट सकदे हो, पुट इन 1। देखो जे 1 च पुट करांगे a बन गया 5a। ठीक है, a दी वैल्यू किन्नी अपने को 1/3, ओ च पुट करांगे प्लस 1b = 2 5a, a किन्ना अपने को 1/3 प्लस b इज इक्वल टू 2। ठीक है जी, हुन ए बन गया 5/3 प्लस b इज इक्वल टू 2। ठीक है, b किन्ना आ गया जी अपने कोल 2 - 5/3, ए प्लस इधर के माइनस बन गया। हुन बटरफ्लाई मेथड यूज कर लो जी, हेठलियां दी गुणा। ठीक है जी, हेठलियां दी गुणा किन्नी बन गई 3, 3 नु 2 ना कीता 6, 1 नु 5 ना कीता 5, किन्ना बन गया जी अपने कोल 1/3। a ਦੀ ਵੈਲਿਊ 1/3 ਆ ਗਈ ਜੀ, b ਦੀ ਵੈਲਿਊ ਵੀ ਆਪਣੇ ਕੋਲ 1/3 ਆ ਗਈ। ਹੁਣ ਦੇਖੋ a ਤੇ b ਪਾ ਪੁੱਟ ਕੀਤੇ ਸੀ, ਇਹਦਾ ਮਤਲਬ 1/(x-1) ਕਿੰਨਾ ਸੀ, a a ਕਿੰਨਾ ਕੱਢਿਆ ਆਪਾਂ ਨੇ 1/3, ਇਹਨੂੰ ਕ੍ਰੋਸ ਕਰ ਦਿਓ, x-1 = 3, x ਦੀ ਵੈਲਿਊ ਕਿੰਨੀ ਆ ਗਈ 3+1, x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 4। ਠੀਕ ਹੈ ਜੀ, ਇਦਾਂ ਹੀ 1/(y-2) = b, b ਕਿੰਨਾ ਕੱਢਿਆ ਆਪਾਂ ਨੇ 1/3, ਇਹਨੂੰ ਕ੍ਰੋਸ ਕਰ ਦਿਓ, y-2 = 3, y ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 3-2, ਇੱਧਰ ਆ ਕੇ ਪਲੱਸ ਦੇ 2, ਕਿੰਨੀ ਆ ਗਈ ਜੀ ਆਪਣੇ ਕੋਲ 5। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ। ਨੈਕਸਟ ਹੈ ਆਪਣੇ ਕੋਲ 5th ਕੁਐਸਚਨ, ਇਹ ਹੈਗਾ ਆਪਣੇ ਕੋਲ 7x-2y / xy = 5। ਠੀਕ ਹੈ, ਇੱਕ ਹੈਗਾ 8x + 7y / xy = 15। ਠੀਕ ਹੈ ਜੀ, ਹੁਣ ਪਹਿਲਾਂ ਤੁਸੀਂ ਇਹਨੂੰ ਅਲੱਗ ਅਲੱਗ ਕਰੋ, ਇਹ ਬਣ ਗਿਆ 7x/(x-y) - 2y / xy = 5। ਠੀਕ ਹੈ, ਐਕਸ ਨੈਕਸ ਕੱਟ ਗਿਆ ਜੀ, ਵਾਈ ਨਾਲ ਵਾਈ ਕੱਟ ਗਿਆ, ਆਪਾਂ ਐਕਸ ਵਾਈ ਰਕਮ ਮੂਹਰੇ ਰੱਖ ਲੈਂਦੇ ਹਾਂ, -2x + 7y = 5। ਠੀਕ ਹੈ ਜੀ, ਅਸੀਂ ਇੱਧਰ ਕਰ ਲਓ, 8x/(x-y) + 7y / xy = 15। ਠੀਕ ਹੈ, ਐਕਸ ਨੈਕਸ ਕੈਂਸਲ ਆਊਟ ਹੋ ਗਿਆ, ਵਾਈ ਨਾ ਵਾਈ, ਇਹ ਰਕਮ ਮੁੜ ਰੱਖ ਲਓ, 7x + 8y = 15। ਇਹਨੂੰ ਤੁਸੀਂ ਫਸਟ ਇਕੁਏਸ਼ਨ ਮੰਨ ਲਓ ਜੀ, ਇਹ ਤੁਹਾਡੀ ਸੈਕਿੰਡ ਇਕੁਏਸ਼ਨ ਆ। ਠੀਕ ਹੈ, ਇਹ 'ਚ ਪੁੱਟ ਕਰ ਦਿਉ 1x = a, 1y = b, ਇਹ ਬਣ ਗਿਆ 2/(1x) ਨੂੰ ਕੀ ਪੁੱਟ ਕਰਤਾ ਆਪਾਂ, ਇਹ -2a + 1y ਨੂੰ ਕੀਤਾ ਆਪਾਂ b, 7b = 5। ਠੀਕ ਹੈ ਜੀ, ਅਸੀਂ ਇੱਧਰ ਬਣ ਗਏ 7a + 8b = 15। ਠੀਕ ਹੈ, ਹੁਣ ਇਹਨਾਂ ਦੋਨਾਂ ਨੂੰ ਆਪਾਂ ਸੋਲਵ ਕਰ ਲਓ, ਚਲੋ ਤੁਸੀਂ ਇਹਨੂੰ 1-2 ਮੰਨ ਲਿਆ, ਤੁਹਾਨੂੰ 3 ਵੀ ਮੰਨ ਸਕਦੇ ਹੋ। ਚਲੋ ਇਹ ਬਣ ਗਿਆ -2a + 7b = 5, 7a + 8b = 15। ਠੀਕ ਹੈ ਜੀ, ਮੈਂ ਇਹਨੂੰ ਫਿਰ ਇਲੀਮੀਨੇਸ਼ਨ ਮੈਥਡ ਨਾਲ ਹੀ ਸੋਲਵ ਕਰਦੀ ਹਾਂ, ਤੁਸੀਂ ਜਿਹਦੇ ਮਰਜ਼ੀ ਕੁਐਸਚਨ ਬਰਾਬਰ ਕਰ ਲਓ, ਮੈਂ ਇਹਦੇ ਕਰ ਰਹੀ ਹਾਂ। ਇਹਨੂੰ 7 ਨਾਲ ਮਲਟੀਪਲਾਈ ਕਰ ਲਓ ਜੀ, ਇਹਨੂੰ 2 ਨਾਲ, ਮਾਈਨਸ ਕਰਨ ਦੀ ਲੋੜ ਨਹੀਂ, ਸਿੱਧਾ ਐਡ ਕਰ ਲਾਂਗੇ। ਫਿਰ 7-2 ਨਾਲ ਕੀਤਾ -14a, 7-7 ਨਾਲ ਕੀਤਾ 49b। ਠੀਕ ਹੈ ਜੀ, 7-5 ਨਾਲ ਕੀਤਾ 35, 2-7 ਨਾਲ ਕਰਾਂਗੇ 14a, 8-2 ਨਾਲ ਕੀਤਾ 16b = 30। ਠੀਕ ਹੈ, ਜਦੋਂ ਆਪਾਂ ਐਡ ਕਰਾਂਗੇ ਜੋੜ ਕੇ, ਆਹ ਦੋਨੋਂ ਕੈਂਸਲ ਆਊਟ ਹੋ ਗਏ, ਇਹਨੂੰ ਐਡ ਕਰੋ ਕਿੰਨੇ ਬਣ ਗਏ ਆਪਣੇ ਕੋਲ 65b। ਠੀਕ ਹੈ ਜੀ, ਇਹ ਵੀ ਐਡ ਕਰਕੇ ਕਿੰਨੇ ਬਣ ਗਏ 65, b ਦੀ ਵੈਲਿਊ ਆ ਗਈ ਆਪਣੇ ਕੋਲ 65/65, b ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 1। ਠੀਕ ਹੈ ਜੀ, ਹੁਣ ਦੇਖੋ b ਦੀ ਵੈਲਿਊ ਤੁਸੀਂ 3 ਦੇ ਵਿੱਚ ਪੁੱਟ ਕਰ ਦਿਓ, ਪੁੱਟ ਇਨ 3, ਜੋ 3 'ਚ ਪੁੱਟ ਕਰਾਂਗੇ -2a + 7b ਕਿੰਨੀ ਆਪਣੇ ਕੋਲ 1 = 5, -2a + 7 = 5, -2a ਕਿੰਨੀ ਆ ਗਈ 5 - 7, -2a ਕਿੰਨੀ ਆ ਗਈ ਆਪਣੇ ਕੋਲ -2, a ਦੀ ਵੈਲਿਊ ਕਿੰਨੀ ਆ ਗਈ 2/2। ਠੀਕ ਹੈ ਜੀ, a ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 1। ਹੁਣ ਤੁਸੀਂ a ਅਤੇ b ਦੀ ਵੈਲਿਊ ਇਹਦੇ ਵਿੱਚ ਪੁੱਟ ਕਰ ਦਿਉ, 1x = a ਸੀ, a ਕਿੰਨਾ ਆਪਣੇ ਕੋਲ 1, ਜਿਹਨੂੰ ਕ੍ਰੋਸ ਕਰੋਗੇ ਤਾਂ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 1। ਠੀਕ ਹੈ ਜੀ, ਅਸੀਂ ਇਹ 'ਚ ਪੁੱਟ ਕਰੋ, 1/(y) = b, b ਕਿੰਨਾ ਆਪਣੇ ਕੋਲ 1/1 ਪਾ ਲਓ, ਕ੍ਰੋਸ ਕਰੋਗੇ ਤਾਂ y ਦੀ ਵੈਲਿਊ ਕਿੰਨੀ ਆ ਗਈ 1। ਠੀਕ ਹੈ ਬੇਟਾ ਜੀ, ਇਹ ਕੁਐਸਚਨਸ ਕੰਪਲੀਟ ਕਰ ਲਿਓ, ਥੈਂਕ ਯੂ।